ਖੰਨਾ ਦੇ ਐਜੂਕੇਸ਼ਨ 허ਬ ਵੱਲੋਂ ਜਾਣੇ ਜਾਂਦੇ ਜੀਟੀਬੀ ਮਾਰਕੀਟ ਵਿੱਚ ਉਪਿਆਲ ਐਜੂਕੇਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਡਾਇਰੈਕਟਰ ਆਪਰੇਸ਼ਨਲ ਗੁਰਪ੍ਰੀਤ ਗੌਰ ਨੇ ਦੱਸਿਆ ਕਿ ਸੈਂਟਰ ਦਾ ਉਦਘਾਟਨ ਯੂਕੇ ਤੋਂ ਆਏ ਪਤਵੰਤਿਆਂ ਵੱਲੋਂ ਕੀਤਾ ਗਿਆ ਹੈ ਸੈਂਟਰ ਵਿੱਚ ਆਧੁਨਿਕ ਤਰੀਕੇ ਨਾਲ ਪੜਾਇਆ ਜਾਵੇਗਾ ਕੇਂਦਰ ਦਾ ਮੁੱਖ ਦਫ਼ਤਰ ਯੂਕੇ ਵਿੱਚ ਹੈ ਜਦੋਂ ਕਿ ਆਈਟੀ ਮੁੱਖ ਦਫ਼ਤਰ ਲੁਧਿਆਣਾ ਵਿੱਚ ਹੈ ਉਹਨਾਂ ਦੱਸਿਆ ਕਿ ਜੇਕਰ ਕਿਸੇ ਨੂੰ ਵਿਦੇਸ਼ ਜਾਣ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਕੇਂਦਰ ਵਿੱਚ ਆ ਕੇ ਜਾਣਕਾਰੀ ਲੈ ਸਕਦਾ ਹੈ ਪੇਸ਼ ਹੈ ਖੰਨਾ ਤੋਂ ਸਾਡੇ ਪੱਤਰਕਾਰ ਲਖਵਿੰਦਰ ਲੱਕੀ ਦੀ ਇਹ ਰਿਪੋਰਟ ਮਾਈ ਨੇਮ ਇਜ਼ ਕੁਪਰੀਤ ਕੌਰ ਐਂਡ ਆਮ ਦੀ ਡਾਇਰੈਕਟਰ ਆਪਰੇਸ਼ਨ ਇਨ opal ਅੱਜ ਅਸੀਂ ਆਪਣੇ ਸੈਂਟਰ ਦੀ ਓਪਨਿੰਗ ਕੀਤੀ ਹੈ ਜਿਹਦੇ ਵਿੱਚ ਅਸੀਂ ਸ਼ੁਰੂ ਦੇ ਵਿੱਚ ਸੀ ਮਾਰਨਿੰਗ ਚ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਸੀ ਔਰ ਉਸ ਤੋਂ ਬਾਅਦ ਹੁਣ ਓਪਨਿੰਗ ਸੈਰਮਨੀ ਜਿਹੜੀ ਹੈ ਕੀਤੀ ਗਈ ਹੈ ਸਾਡੇ ਜਿਹੜੇ ਚੀਫ ਗੈਸਟ ਸੀਗੇ ਉਹ ਮਿਸਟਰ ਐਂਡ ਮਿਸਸ ਗਰੇਵਾਲ ਸੀ ਯੂਕੇ ਤੋਂ ਤੇ ਅੱਜ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਸੈਂਟਰ ਨੂੰ ਓਪਨ ਕਰ ਦਿੱਤਾ ਹੈ ਸਾਡੀਆਂ ਸਾਰੀ ਹੀ ਸਰਵਿਸਿਜ਼ ਹੁਣ ਓਪਨ ਨੇ ਸਟੂਡੈਂਟਸ ਪੇਰੈਂਟਸ ਸਾਰੇ ਹੀ ਆ ਸਕਦੇ ਨੇ ਤੇ ਸਾਡੇ ਤੋਂ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ To give you more information about what kind of courses we have, let me tell you that we have IELTS, PTE, CD IELTS, and other courses. If you need any kind of further information, you can call us on our number and you can visit us. We are in operation from today. Okay. My name is Kupreet Kaur and I'm the director of operation at Opel. Opel, one platform for all your learning. Sada Center Opel Jirah Bohtsaniya. ਮੈਂ ਇਸ ਲਗਭਗ ਪੀਰ ਵੀ ਆਪਣੇ ਨਾਮ ਤੇ ਸੈਂਟਰ ਰਹਿ ਗਿਆ। ਅਮ ਇਹ ਸਾਡਾ ਪਹਿਲਾ ਸੈਂਟਰ ਹੈ ਜਿਹੜਾ ਅਸੀਂ ਖੰਨੇਚ ਓਪਨ ਕੀਤਾ ਬਟ ਸਾਡੀ ਜਿਹੜੀ ਹੈਡਕ quarters ਹੈ ਉਹ ਲੰਡਨ ਦੇ ਵਿੱਚ ਹੈ ਔਰ ਸਾਡਾ ਆਈਟੀ ਸਪੋਰਟ ਆਫਿਸ ਜਿਹੜਾ ਹੈ ਉਹ ਲੁਧਿਆਣਾ ਦੇ ਵਿੱਚ ਹੈ ਸਾਡੀ ਮੋਬਾਈਲ ਐਪ ਵੀ ਹੈ ਤੇ ਅਸੀਂ ਜਿਹੜਾ ਹੈ ਆਨਲਾਈਨ ਇਨਫੋਰਮੇਸ਼ਨ ਸਾਡੀ ਮੋਬਾਈਲ ਐਪ ਵੀ ਹੈ ਤੇ ਅਸੀਂ ਜਿਹੜਾ ਹੈ ਆਨਲਾਈਨ ਐਜੂਕੇਸ਼ਨ ਵੀ ਪ੍ਰੋਵਾਈਡ ਕਰਦੇ ਆਂ ਤੇ ਕੀ ਮੈਸੇਜ ਦੇਣਾ ਚਾਹੁੰਦੇ ਐ ਐਜੂਕੇਸ਼ਨ ਬਾਰੇ ਜੀ ਟੀਨ i would like to tell students to make a very wise and good decision when they choose any kind of institute sirf ehna dekho ki fee structure ki hai ya tuhanu facilities ki ditiyan jandiyan hai go for good education jithe tuhanu really eh sikhaya janda hai ki education jedi hai sirf hon hi kaam na aave balki agge vi aave ek generation jado learn karke jandi hai ta oda eh maksad banta hai ki oh agli generation nu pada sake so we believe into community service ਸਰਵਿਸਿਜ਼ ਵੀ ਬਿਲੀਵ ਇਨ ਕਮਿਊਨਿਟੀ ਵਰਕ ਇਨ ਐਜੂਕੇਸ਼ਨ ਆਲਸੋ ਸੋ ਅਸੀਂ ਇਹ ਚਾਹਾਂਗੇ ਕਿ ਜੇ ਸਾਡੇ ਕੋਲ ਸਟੂਡੈਂਟ ਆਂਦੇ ਨੇ ਤਾਂ ਉਹ ਕੁਝ ਇਸ ਤਰ੍ਹਾਂ ਸਿੱਖ ਕੇ ਜਾਣ ਕਿ ਅੱਗੇ ਜਾ ਕੇ ਹੋਰ ਸਟੂਡੈਂਟਸ ਨੂੰ ਵੀ ਗਾਈਡ ਕਰ ਸਕਣ ਹਾਂਜੀ ਅਸੀਂ ਇੱਥੇ ਜਿਹੜਾ ਹੈ ਸੀ ਡੀ ਆਈਲਸ ਆਈਲਸ ਪੀ ਟੀ ਈ ਓ ਈ ਟੀ ਤੇ ਹੋਰ ਬਹੁਤ ਸਾਰੇ ਕੋਰਸਸ ਜਿਹੜੇ ਆ ਅਸੀਂ ਤਿਆਰ ਕਰਵਾਉਂਦੇ ਆ ਸਾਡੇ ਕੋਲ ਲੇਟੈਸਟ ਸੌਫਟਵੇਅਰ ਹੈਗੇ ਨੇ ਔਰ ਸਾਡੇ ਸਾਰੇ ਜਿਹੜੇ ਪ੍ਰੋਗਰਾਮ ਨੇ ਉਹ ਰੈਕਗਨਾਈਜ਼ ਨੇ ਅਤੇ ਆਥੋਰਾਈਜ਼ ਨੇ